ਆਪਾਂ ਨੇ ਸਭ ਤੋਂ ਪਹਿਲਾਂ ਯੂਟਿਊਬ ਨੂੰ ਓਪਨ ਕਰ ਲਿਆ। ਹੁਣ ਆਪਾਂ ਦੇਖੋ ਇੱਦਾਂ ਜਿਹੜਾ ਆਪਣਾ ਇੱਥੇ ਨਿਸ਼ਾਨ ਬਣਿਆ ਹੋਇਆ ਸਰਚਿੰਗ ਦਾ, ਇਹਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੇ ਆਪਾਂ ਆਪਣੇ ਚੈਨਲ ਦਾ ਨਾਮ ਭਰਾਂਗੇ, ਮਲਟੀਪਲ ਪਰਪਜ਼ ਵੀਡੀਓਜ਼ ਭਰਾਂਗੇ। ਜਿਵੇਂ ਇਹ ਚੀਜ਼ ਲਿਖੀ ਆ ਗਈ, ਕਈਆਂ ਦੇ ਇਹ ਲਿਖੀ ਆਜੂਗੀ ਅਤੇ ਕਈਆਂ ਦੇ ਨਹੀਂ, ਜੇ ਲਿਖੀ ਆਉਂਦੀ ਤਾਂ ਪੂਰਾ ਆਪਾਂ ਭਰ ਲਾਂਗੇ। ਆਹ ਚੀਜ਼ ਆਪਾਂ ਭਰ ਲਈ ਹੈ ਅਤੇ ਹੁਣ ਇਹਨੂੰ ਆਪਾਂ ਸਰਚ ਦੇ ਬਟਨ 'ਤੇ, ਆਹ ਜਿਵੇਂ ਬਣਿਆ ਹੋਇਆ ਸਰਚ ਦਾ ਬਟਨ, ਇਹ 'ਤੇ ਕਲਿੱਕ ਕਰਾਂਗੇ। ਇਸ ਤੋਂ ਬਾਅਦ ਆਪਣੇ ਇਹ ਚੈਨਲ ਸ਼ੋਅ ਹੋ ਰਿਹਾ ਆਪਣੇ ਕੋਲ, ਮਲਟੀਪਲ ਪਰਪਜ਼ ਵੀਡੀਓਜ਼। ਆਈਕਨ ਵੀ ਆਪਣੇ ਉਹੀ ਲੱਗਾ ਹੋਇਆ ਪ੍ਰੋਫਾਈਲ ਜਿਹਨੂੰ ਕਹਿ ਦਿੰਦੇ ਹਾਂ, ਅਤੇ ਇੱਥੇ ਆਪਣੇ ਸਬਸਕ੍ਰਾਈਬ ਲਿਖਿਆ ਹੋਊਗਾ, ਰੈੱਡ ਕਲਰ ਦਾ ਲਿਖਿਆ ਹੋਊਗਾ। ਅਤੇ ਤੁਸੀਂ ਜਿਵੇਂ ਆਹ ਦੇਖੋ, ਹੁਣ ਆਪਣਾ ਇਹ ਤਾਂ ਸਬਸਕ੍ਰਾਈਬ ਕੀਤਾ ਹੋਇਆ ਸੀ ਤਾਂ ਆਪਾਂ ਨੂੰ ਸ਼ੋਅ ਨਹੀਂ ਹੋ ਰਿਹਾ ਰੈੱਡ ਕਲਰ ਦਾ, ਇਹ ਰੈੱਡ ਕਲਰ ਦਾ ਆਪਾਂ ਨੂੰ ਸਬਸਕ੍ਰਾਈਬਰ ਲਿਖਿਆ ਸ਼ੋਅ ਹੋ ਰਿਹਾ। ਇਹਨੂੰ ਆਪਾਂ ਕਲਿੱਕ ਕਰ ਲਾਂਗੇ ਇੱਥੇ, ਅਤੇ ਇੱਧਰ ਬੈੱਲ ਆਈਕਨ ਦੀ ਨਾਲ ਬਣੀ ਹੋਈ ਹੈ ਘੰਟੀ ਦਾ ਨਿਸ਼ਾਨ, ਇਹ 'ਤੇ ਕਲਿੱਕ ਕਰ ਲਾਂਗੇ ਅਤੇ ਫਿਰ ਇਹਦੇ 'ਤੇ ਆਲ 'ਤੇ ਕਲਿੱਕ ਕਰ ਲਾਂਗੇ ਤਾਂ ਜੋ ਆਪਾਂ ਨੂੰ ਨੋਟੀਫਿਕੇਸ਼ਨ ਵੀ ਆ ਜਾਵੇ ਅਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਹੋ ਜਾਵੇ ਅਤੇ ਆਉਣ ਵਾਲੀਆਂ ਆਪਾਂ ਨੂੰ ਸਾਰੀਆਂ ਵੀਡੀਓਜ਼ ਸਾਰੀਆਂ ਆਪਾਂ ਨੂੰ ਦਿਸ ਜਾਣ। ਜੇ ਆਪਾਂ ਸਾਰੀਆਂ ਵੀਡੀਓਜ਼ ਦੇਖਣੀਆਂ ਤਾਂ ਆਪਾਂ ਨੂੰ ਇੱਥੇ ਵੀਡੀਓਜ਼ ਦੀ ਆਪਸ਼ਨ ਲਿਖੀ ਹੋਈ ਆ ਹੋਮ ਦੇ ਨਾਲ, ਇਹ 'ਤੇ ਕਲਿੱਕ ਕਰ ਲਾਂਗੇ। ਇਹਦੇ ਵਿੱਚ ਆਪਾਂ ਨੂੰ ਸਾਰੀਆਂ ਵੀਡੀਓਜ਼ ਦਿਸ ਜਾਣਗੀਆਂ ਅਤੇ ਇਸ ਤੋਂ ਆਪਾਂ ਜਿਹੜੀ ਵੀ ਆਪਾਂ ਵੀਡੀਓ ਦੇਖਣੀ ਆ ਉਹ ਦੇਖ ਸਕਦੇ ਹਾਂ। ਇਸ ਤਰ੍ਹਾਂ ਆਪਾਂ ਇਹਨਾਂ 'ਚੋਂ ਕੋਈ ਵੀ ਵੀਡੀਓ ਲੈ ਸਕਦੇ ਹਾਂ, ਜਿਵੇਂ ਕਿ ਆਪਾਂ ਇੱਕ ਕੇਕ ਵਾਲੀ ਲੈ ਲੈਂਦੇ ਹਾਂ। ਇੱਥੇ ਕਲਿੱਕ ਕੀਤਾ ਤਾਂ ਆਪਾਂ ਨੂੰ ਇੱਦਾਂ ਸਾਰੀ ਸ਼ੋਅ ਹੋ ਰਹੀ ਹੈ, ਤਾਂ ਆਪਾਂ ਇੱਥੇ ਲਾਈਕ ਦਾ ਬਟਨ ਹੈ, ਲਾਈਕ ਦੇ ਬਟਨ 'ਤੇ ਕਲਿੱਕ ਕਰ ਲਾਂਗੇ, ਲਾਈਕ ਹੋ ਜੂਗੀ ਵੀਡੀਓ। ਅਤੇ ਆਪਾਂ ਨੂੰ ਸਭ ਤੋਂ ਨੀਚੇ ਜਾਂ ਇੱਥੇ ਹੀ ਜਿਵੇਂ ਸ਼ੋਅ ਹੋ ਰਿਹਾ ਕਮੈਂਟਸ, ਇੱਥੇ ਆਪਾਂ ਕਮੈਂਟਸ ਕਰ ਲਾਂਗੇ। ਜਿਵੇਂ ਐਡ ਇਹ ਪਬਲਿਕ ਕਮੈਂਟ ਲਿਖਿਆ ਹੋਇਆ, ਇੱਥੇ ਆਪਾਂ ਕਮੈਂਟ ਕੋਈ ਵੀ ਕਰ ਸਕਦੇ ਹਾਂ, ਜਿਵੇਂ ਕਿ ਗੁੱਡ ਲਿਖਣਾ, ਇਹ ਲਿਖ ਸਕਦੇ ਹਾਂ, ਨਾਈਸ ਲਿਖਣਾ, ਇੱਦਾਂ ਕੁਛ ਵੀ ਆਪਾਂ ਕਮੈਂਟ ਲਿਖ ਸਕਦੇ ਹਾਂ। ਇਸ ਵੀਡੀਓ ਨੂੰ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।